ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਇਫਤਖਾਰ ਚੌਧਰੀ ਜੀ ਜਿਹੜੇ ਇੱਕ ਮੰਨੇ ਪਰਮੰਨੇ ਡਾਕਟਰ ਨੇ ਅਤੇ ਪਿਛਲੇ ਲੰਮੇ ਸਮੇਂ ਤੋਂ ਨਿਊਯਾਰਕ ਤੇ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਆਪਣੀ ਪ੍ਰੈਕਟਿਸ ਕਰ ਰਹੇ ਨੇ ਨਾਲ ਨਾਲ ਜਿਹੜਾ ਤੁਹਾਡੀਆਂ ਬਿਮਾਰੀਆਂ ਦਾ ਵੀ ਰੱਖ ਰਖਾਵ ਕਰ ਰਹੇ ਨੇ ਉਹਨਾਂ ਨੂੰ ਕਿਤਨਾ ਨਿਜਾਤ ਦਿਵਾਉਣੀ ਹੈ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਟੂਡੀਓ 'ਚ ਆਉਣ ਵਾਸਤੇ ਬਹੁਤ ਸ਼ੁਕਰੀਆ ਤੁਸੀਂ ਹਰ ਹਫ਼ਤੇ ਮਤਲਬ ਬੁਲਾ ਲੈਂਦੇ ਹੋ ਸਾਨੂੰ ਅਤੇ ਡਾਕਟਰ ਸਾਹਿਬ ਅੱਜ ਕਿਉਂਕਿ ਬੱਚਿਆਂ ਦੀ ਗੱਲ ਕੀਤੀ ਜਾਵੇ ਹਾਂਜੀ ਕਿਉਂਕਿ ਮੌਸਮ ਤੁਹਾਨੂੰ ਪਤਾ ਕਿ ਮੌਸਮ ਵੀ ਖਰਾਬ ਹੈ ਅਤੇ ਅੱਜ ਕੱਲ੍ਹ ਦੇ ਸਰਦ ਮੌਸਮ ਦੇ ਵਿੱਚ ਵੀ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਕੋਲ ਪਰਹੇਜ਼ ਕਰਵਾਇਆ ਜਾਵੇ ਇਹਦੇ ਉੱਤੇ ਅੱਜ ਜ਼ਿਆਦਾ ਗੱਲ ਕੀਤੀ ਜਾਵੇ ਦੇਖੋ ਬੱਚਾ ਤੁਸੀਂ ਜਦੋਂ ਪੈਦਾ ਹੁੰਦਾ ਔਰ ਉਸ ਵੇਲੇ ਬੱਚੇ ਦਾ ਜਿਹੜਾ ਇਮਿਊਨ ਸਿਸਟਮ ਹੁੰਦਾ ਡਿਵੈਲਪ ਨਹੀਂ ਹੋਇਆ ਹੁੰਦਾ ਜਿਹਨੂੰ ਡਿਫੈਂਸ ਮਤਲਬ ਬਾਡੀ ਦਾ ਜਿਹੜਾ ਹੁੰਦਾ ਓਕੇ ਔਰ ਉਹਦੀ ਵਜ੍ਹਾ ਨਾਲ ਫਿਰ ਬੱਚਿਆਂ ਨੂੰ ਮਤਲਬ ਅਗਰ ਕੋਈ ਵੀ ਇਨਫੈਕਸ਼ਨ ਹੋ ਜਾਂਦਾ ਹੈ ਜਾਂ ਕੋਈ ਠੰਡ ਲੱਗ ਜਾਂਦੀ ਹੈ ਤਾਂ ਜਲਦੀ ਬਿਮਾਰ ਹੋ ਜਾਂਦੀ ਹੈ ਓਕੇ ਜੀ ਇਹ ਬਜ਼ੁਰਗਾਂ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਵੱਡੀ ਉਮਰ ਦੇ ਬੰਦਿਆਂ 'ਚ ਵੀ ਇਮਿਊਨ ਸਿਸਟਮ ਘਟਿਆ ਹੁੰਦਾ ਅਤੇ ਜਿਹੜਾ ਛੋਟਾ ਬੱਚਾ ਹੁੰਦਾ ਉਹਦੇ 'ਚ ਵੀ ਹੁੰਦਾ ਓਕੇ ਅੱਛਾ ਇਹਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਇੱਥੇ ਔਰ ਅੱਜ ਕੱਲ੍ਹ ਸਾਡੇ ਮੁਲਕਾਂ 'ਚ ਵੀ ਬੜਾ ਫੈਸ਼ਨ ਬਣਦਾ ਜਾ ਰਿਹਾ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਪਿਲਾਉਂਦੇ ਓਕੇ ਮਤਲਬ ਯੂਨੋ ਇੱਕ ਉੱਥੇ ਹੈ ਬੜਾ ਪ੍ਰੋਬਲਮ ਹੋ ਰਿਹਾ ਸਾਡੇ ਮੁਲਕਾਂ 'ਚ ਕਿ ਪ੍ਰੈਗਨੈਂਸੀ ਜਦੋਂ ਹੁੰਦੀ ਹੈ ਤਾਂ ਉਹਨੂੰ ਜਿਹੜੇ ਪ੍ਰਾਈਵੇਟ ਹੋਸਪਿਟਲਸ ਨੇ ਉੱਥੇ ਸੀ ਸੈਕਸ਼ਨ ਕਰਨੇ ਦਾ ਜ਼ਿਆਦਾ ਰਿਵਾਜ ਹੋ ਗਿਆ ਕਿ ਨੋਰਮਲ ਡਿਲੀਵਰੀ ਨਹੀਂ ਹੁੰਦੀ ਓਕੇ ਜੀ ਅਤੇ ਮਤਲਬ ਜਾਂ ਬਹੁਤ ਘੱਟ ਪਰਸੈਂਟੇਜ ਹੁੰਦੀ ਹੈ ਕਿ ਜਿਹੜੀ ਨੋਰਮਲ ਡਿਲੀਵਰੀ ਮਤਲਬ ਸੀ ਸੈਕਸ਼ਨ ਹੋਣੇ ਦੀ ਇੱਥੇ ਵੀ ਦੂਜਿਆਂ ਮੁਲਕਾਂ 'ਚ ਵੀ ਲੇਕਿਨ ਸਾਡੇ ਮੁਲਕਾਂ 'ਚ ਇਹ ਕੰਮ ਬਹੁਤ ਵੱਧ ਰਿਹਾ ਕੰਮ ਕਿ ਹਰ ਇੱਕ ਨੂੰ ਕੋਸ਼ਿਸ਼ ਕਰਦੇ ਆ ਕਿ ਉਹ ਸੀ ਸੈਕਸ਼ਨ ਹੋ ਜਾਏ ਅਤੇ ਉਹਦੇ ਨਾਲ ਕੀ ਹੁੰਦਾ ਕਿ ਮਾਂ ਦੀ ਸਿਹਤ 'ਤੇ ਬਹੁਤ ਅਸਰ ਪੈਂਦਾ ਓਕੇ ਜੀ ਔਰ ਫਿਰ ਬੱਚੇ ਨੂੰ ਮਾਂ ਨੂੰ ਉਹਨੂੰ ਅਲੱਗ ਕਰ ਦਿੱਤਾ ਜਾਂਦਾ ਇੱਕ ਦੋ ਦਿਨ ਵਾਸਤੇ ਕਿਉਂਕਿ ਮਾਂ ਦਾ ਜਦੋਂ ਆਪਰੇਸ਼ਨ ਹੁੰਦਾ ਜਿਹਨੂੰ ਅਸੀਂ ਪੰਜਾਬੀ 'ਚ ਆਮ ਜ਼ਬਾਨ 'ਚ ਵੱਡਾ ਆਪਰੇਸ਼ਨ ਕਰਦੇ ਹਾਂ ਕਿ ਬੇਬੀ ਹੋਇਆ ਵੱਡੇ ਆਪਰੇਸ਼ਨ ਨਾਲ ਅਤੇ ਉਹਦੇ ਨਾਲ ਕੀ ਹੁੰਦਾ ਕਿ ਫਿਰ ਉਹ ਡਾਕਟਰ ਨੇ ਐਂਟੀਬਾਇਓਟਿਕ ਦੇਣੇ ਹੁੰਦੇ ਆ ਮਾਂ ਨੂੰ ਅਤੇ ਉਹ ਫਿਰ ਸੁਜੈਸਟ ਕਰਦੇ ਆ ਜੀ ਦੁੱਧ ਨਾ ਪਿਆਓ ਬੱਚੇ ਨੂੰ ਮਾਂ ਦਾ ਜੀ ਅਤੇ ਉਹ ਇੱਕ ਦੋ ਦਿਨ ਬੱਚਾ ਅਲੱਗ ਰਹਿੰਦਾ ਉਹਨੂੰ ਫਿਰ ਉਹ ਫਾਰਮੂਲਾ ਦੁੱਧ ਲਾ ਦਿੰਦੇ ਨੇ ਓਕੇ ਸਮਝ ਗਿਆ ਨਾ ਅਤੇ ਫਾਰਮੂਲਾ ਦੁੱਧ ਜਿਹੜਾ ਮਾਂ ਦੇ ਦੁੱਧ ਤੋਂ ਜ਼ਿਆਦਾ ਅੱਛਾ ਨਹੀਂ ਨੰਬਰ 1 ਜਿਹੜਾ ਮਾਂ ਦਾ ਦੁੱਧ ਹੈ ਮਾਂ ਦਾ ਦੁੱਧ ਜਦੋਂ ਬੱਚੇ ਨੂੰ ਪਿਆਉਂਦੇ ਹੋ ਅਤੇ ਬੱਚੇ ਦੀ ਜਿਹੜੀ ਇਮਿਊਨ ਸਿਸਟਮ ਹੈ ਉਹ ਬਹੁਤ ਵੱਧਦਾ ਉਹ ਗਰੋਥ ਕਰਦਾ ਅਤੇ ਉਹਦੇ ਨਾਲ ਬੱਚੇ ਜਿਹੜੇ ਨੇ ਫਿਰ ਬਿਮਾਰ ਨਹੀਂ ਹੁੰਦੇ ਓਕੇ ਜ਼ਾਹਿਰ ਹੈ ਬੱਚੇ ਦਾ ਇਮਿਊਨ ਸਿਸਟਮ ਠੀਕ ਹੋਏਗਾ ਇੱਥੇ ਤੁਸੀਂ ਦੇਖਦੇ ਹੋ ਬਹੁਤ ਜ਼ਿਆਦਾ ਪ੍ਰੋਬਲਮ ਹੈ ਛੋਟੇ ਬੱਚਿਆਂ ਨੂੰ ਬਿਲਕੁਲ ਜੀ ਸਕਿਨ ਪ੍ਰੋਬਲਮ ਨੇ ਇਨਫੈਕਸ਼ਨ ਹੋ ਜਾਂਦੇ ਨੇ ਟੌਨਸਿਲ ਹੋ ਜਾਂਦੇ ਨੇ ਕੰਨਾਂ 'ਚ ਦਰਦ ਬੱਚੇ ਬਹੁਤ ਪੇਟ ਦਰਦ ਬਹੁਤ ਰੋਂਦੇ ਨੇ ਨੀਂਦ ਨਹੀਂ ਕਰਦੇ ਇਰੀਟੇਟ ਹੋ ਜਾਂਦੇ ਨੇ ਸਕਿਨ ਰੈਸ਼ਿਸ ਹੁੰਦੇ ਨੇ ਸਕਿਨ ਪ੍ਰੋਬਲਮ ਹੋ ਜਾਂਦੇ ਨੇ ਓਕੇ ਔਰ ਇਹਦੀ ਬਹੁਤ ਵੱਡੀ ਵਜ੍ਹਾ ਇਹ ਹੀ ਹੈ ਕਿ ਇਮਿਊਨ ਸਿਸਟਮ ਡਿਵੈਲਪ ਨਹੀਂ ਹੁੰਦਾ ਇਮਿਊਨ ਸਿਸਟਮ ਵੀਕ ਹੁੰਦਾ ਓਕੇ ਅਤੇ ਉਹ ਮਾਂ ਦਾ ਦੁੱਧ ਜਿਹੜਾ ਨਾ ਪਿਆ ਕੇ ਬੱਚੇ ਨੂੰ ਮਤਲਬ ਉਸ ਤਰਫ ਕਰ ਦਿੱਤਾ ਜਾਂਦਾ ਮਤਲਬ ਜਿਹੜੀ ਅਸੀਂ ਪ੍ਰੋਬਲਮ ਆ ਉਹ ਪਹਿਲੇ ਦਿਨ ਤੋਂ ਹੀ ਕ੍ਰੀਏਟ ਕਰਵਾਉਂਦੇ ਹਾਂ ਖੁਦ ਆਪਣੇ ਦੇਖਦੇ ਰਹਿਦੇ ਜੀ ਸਿਰਫ ਉਹ ਬਿੱਲ ਵੱਡਾ ਕਰਨ ਵਾਸਤੇ ਸਜੇਰੀਅਨ ਬੱਚਾ ਕਰਨਾ ਜੀ ਉਸ ਤੋਂ ਬਾਅਦ ਉਹਨੂੰ ਬੱਚੇ ਨੂੰ ਜਿਹੜਾ ਵੱਖਰਾ ਕਰਨਾ ਤੇ ਪ੍ਰੋਬਲਮ ਉੱਥੋਂ ਹੀ ਸ਼ੁਰੂ ਜੀ ਉੱਥੋਂ ਡੱਬੇ ਦਾ ਦੁੱਧ ਲਿਖ ਦੇਣਾ ਡਾਕਟਰ ਨੇ ਉਹਨੂੰ ਪਿਆਉਣਾ ਸ਼ੁਰੂ ਕਰ ਦੇਣਾ ਉਹਦੇ ਨਾਲ ਉਹਨੂੰ ਹੋਰ ਪੇਟ ਖਰਾਬ ਹੋਰ ਸੌ ਚੀਜ਼ਾਂ ਕਿਉਂਕਿ ਬੱਚੇ ਦਾ ਜਿਹੜਾ ਦੁੱਧ ਹੈ ਉਹ ਮਾਂ ਦਾ ਦੁੱਧ ਤਾਂ ਨੈਚੁਰਲ ਹੈ ਉਹ ਸਭ ਚੀਜ਼ਾਂ ਉਹਦੇ ਵਿੱਚ ਹੈ ਨੇ ਉਹ ਸਭ ਤੋਂ ਵੱਡੀ ਜਿਹੜੀ ਅਹਿਮ ਚੀਜ਼ ਹੁੰਦੀ ਹੈ ਕਿ ਉਹਦਾ ਇਮਿਊਨ ਸਿਸਟਮ ਡਿਵੈਲਪ ਕਰਨ ਵਾਸਤੇ ਉਹਦੇ ਚੀਜ਼ ਹੁੰਦੀ ਹੈ ਮਾਂ ਦੇ ਦੁੱਧ ਵਿੱਚ ਅਤੇ ਅਗਰ ਉਹ ਬੱਚਾ ਪੀਂਦਾ ਅਤੇ ਉਹ ਬੱਚਾ ਸਹੀ ਰਹਿੰਦਾ ਸਟਰੋਂਗ ਰਹਿੰਦਾ ਦੂਸਰੀ ਗੱਲ ਹੈ ਕਿ ਜਦੋਂ ਬੱਚੇ ਦਾ ਦੁੱਧ ਡੱਬੇ ਦਾ ਦੁੱਧ ਪੀਤਾ ਜਾਂਦਾ ਅਤੇ ਫਿਰ ਉਹਦਾ ਪੇਟ ਵੀ ਖਰਾਬ ਹੁੰਦਾ ਉਹਦਾ ਇਮਿਊਨ ਸਿਸਟਮ ਵੀ ਠੀਕ ਨਹੀਂ ਡਿਵੈਲਪ ਹੁੰਦਾ ਅਤੇ ਉਹਦੇ ਨਾਲ ਬੱਚਿਆਂ ਨੂੰ ਮੁਕਤਸਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਸੋ ਇਹਦੇ ਨਾਲ ਜੁੜਦੀ ਜੁੜਦੀ ਹੈ ਕਿ ਡੈਂਟਿਸਟ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਦੰਦਾਂ ਦੀ ਬਹੁਤ ਪ੍ਰੋਬਲਮ ਹੈ ਇਹ ਫਿਰ ਨਾਲ ਜੁੜਦੀ ਹੈ ਕਿਉਂਕਿ ਜਦੋਂ ਉਹਨੂੰ ਬੋਟਲ ਵਾਲਾ ਦੁੱਧ ਪਿਉਣਾ ਹੈ ਦੰਦਾਂ ਦੀ ਜਿਹੜੀ ਸ਼ੇਪ ਚੇਂਜ ਹੋ ਜਾਣੀ ਹੈ ਮਤਲਬ ਕਿ ਇੱਕ ਲੜੀਵਾਰ ਇਸ ਤਰ੍ਹਾਂ ਤੁਰਦਾ ਹੁੰਦਾ ਜੀ ਬਿਲਕੁਲ ਔਰ ਉਹਦੇ ਵਿੱਚ ਜਿਹੜਾ ਸਫਾਈ ਦਾ ਅਗਰ ਖਿਆਲ ਨਾ ਕੀਤਾ ਜਾਏ ਤਾਂ ਇਨਫੈਕਸ਼ਨ ਜ਼ਿਆਦਾ ਹੋ ਜਾਂਦੇ ਨੇ ਦੁੱਧ ਨੂੰ ਜਿਹੜੀ ਬੋਤਲ ਹੈ ਉਹਨੂੰ ਸਹੀ ਨਾ ਧੋਤਿਆ ਜਾਏ ਇਨਫੈਕਸ਼ਨ ਹੋ ਜਾਂਦੇ ਨੇ ਅਤੇ ਉਹ ਮਤਲਬ ਇੱਕ ਗਲਤ ਕੰਮ ਇੱਕ ਸ਼ੁਰੂ ਹੁੰਦਾ ਅਤੇ ਉਹਦੇ ਬਾਅਦ ਫਿਰ ਦੂਜਾ ਤੀਸਰਾ ਚੌਥਾ ਫਿਰ ਉਹ ਲੜੀਵਾਰ ਸ਼ੁਰੂ ਹੋ ਜਾਂਦਾ ਅੱਛਾ ਉਹਦੇ ਵਾਸਤੇ ਕੀ ਹੈ ਕਿ ਇੱਕ ਤਾਂ ਬੱਚੇ ਦੇ ਇਮਿਊਨ ਸਿਸਟਮ ਵਾਸਤੇ ਉਹਨੂੰ ਕੁਝ ਨਾ ਕੁਝ ਸਪਲੀਮੈਂਟ ਦੇਣੇ ਚਾਹੀਦੇ ਹੋਮਿਓਪੈਥਿਕ ਵਿੱਚ ਬਹੁਤ ਅੱਛਾ ਮਤਲਬ ਅਲਫਾ ਟੋਨਿਕ ਹੁੰਦਾ ਹੋਰ ਟੀਦਿੰਗ ਟੈਬਲੇਟ ਹੁੰਦੇ ਹੈ ਬੱਚੇ ਦੀ ਗਰੋਥ ਵਾਸਤੇ ਕੁਝ ਸਪਲੀਮੈਂਟ ਹੁੰਦੇ ਹੈ ਔਰ ਇਹ ਦਵਾਈਆਂ ਜਿਹੜੀਆਂ ਅਸੀਂ ਦੱਸਦੇ ਹਾਂ ਹੋਮਿਓਪੈਥਿਕ ਦੀਆਂ ਹਰਬਲ ਹੈ ਕੋਈ ਡਰੱਗਸ ਜਾਂ ਐਂਟੀਬਾਇਓਟਿਕ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਮਤਲਬ ਨੈਚੁਰਲ ਸੋਰਸ 'ਚ ਹੁੰਦੀਆਂ ਨੇ ਜਿਹੜੀ ਬੂਟੀਆਂ ਤੋਂ ਬਣੀਆਂ ਹੁੰਦੀਆਂ ਨੇ ਮਿਨਰਲਸ ਆਉਂਦੇ ਨੇ ਜਸਟ ਲਾਈਕ ਅ ਫੂਡ ਸਪਲੀਮੈਂਟ ਅਤੇ ਉਹਦੇ ਨਾਲ ਬੱਚੇ ਦਾ ਇਮਿਊਨ ਸਿਸਟਮ ਜਿਹੜਾ ਮਤਲਬ ਸਟਰੋਂਗ ਹੁੰਦਾ ਅਤੇ ਬੱਚਾ ਬਿਮਾਰੀ ਤੋਂ ਬਚ ਜਾਂਦਾ
ਔਰ ਅਗਰ ਬਾਰ ਬਾਰ ਬੱਚਾ ਜਿਹੜਾ ਹੈ ਉਹਨੂੰ ਇਨਫੈਕਸ਼ਨ ਹੋ ਰਹੇ ਨੇ, ਗਲੇ ਦਾ ਇਨਫੈਕਸ਼ਨ ਹੋ ਗਿਆ ਜਾਂ ਪੇਟ ਦਾ ਇਨਫੈਕਸ਼ਨ ਜਾਂ ਨੱਕ 'ਚ ਹੋ ਗਿਆ ਇਨਫੈਕਸ਼ਨ ਜਾਂ ਕੰਨਾਂ 'ਚ ਹੋ ਗਿਆ, ਬਾਰ ਬਾਰ ਫੀਵਰ ਹੋ ਰਿਹਾ, ਅਤੇ ਉਹ ਫਿਰ ਬਾਰ ਬਾਰ ਐਂਟੀਬਾਇਓਟਿਕ ਦੇ ਦੇ ਕੇ ਬੱਚੇ ਜਿਹੜੇ ਨੇ ਉਹਨਾਂ ਦਾ ਹੋਰ ਸਟਮਕ ਖਰਾਬ ਹੁੰਦਾ ਹੈ, ਲਿਵਰ ਇਫੈਕਟ ਹੁੰਦਾ ਹੈ, ਬੱਚੇ ਫਿਰ ਖਾਣਾ ਪੀਣਾ ਸਹੀ ਨਹੀਂ ਖਾਂਦੇ, ਭੁੱਖ ਖਤਮ ਹੋ ਜਾਂਦੀ ਹੈ, ਅਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਉਹਨਾਂ ਦੀ ਗਰੋਥ 'ਤੇ ਅਸਰ ਪੈਂਦਾ ਹੈ। ਓਕੇ, ਤੁਸੀਂ ਦੇਖਿਆ ਹੋਗਾ ਕਈ ਬੱਚੇ ਜਿਹੜੇ ਬਾਰ ਬਾਰ ਬਿਮਾਰ ਹੁੰਦੇ ਆ ਉਹ ਡਾਕਟਰਾਂ ਕੋਲ ਜਾਂਦੇ ਆ, ਉਹਨਾਂ ਕੋਲ ਜਿਹੜਾ ਐਲੋਪੈਥਿਕ ਇਲਾਜ ਹੈ ਉਹ ਐਂਟੀਬਾਇਓਟਿਕ ਹੈ। ਓਕੇ ਜੀ, ਇਨਫੈਕਸ਼ਨ ਹੋਏਗਾ ਐਂਟੀਬਾਇਓਟਿਕ, ਜ਼ਾਹਿਰ ਹੈ ਇਨਫੈਕਸ਼ਨ ਅਗਰ ਹੋਏ ਤਾਂ ਐਂਟੀਬਾਇਓਟਿਕ ਲੈਣੇ ਵੀ ਚਾਹੀਦੇ ਹੈ, ਕੋਈ ਉਹਦੇ 'ਚ ਇਹ ਨਹੀਂ ਹੈ ਕਿ ਕੋਈ ਗਲਤ ਗੱਲ ਹੈ, ਕਿਉਂਕਿ ਇਨਫੈਕਸ਼ਨ ਨੂੰ ਬਚਾਉਣਾ, ਲੇਕਿਨ ਅਸੀਂ ਹੋਮਿਓਪੈਥਿਕ ਔਰ ਹਰਬਲ 'ਚ ਇਹ ਕਰ ਸਕਦੇ ਹਾਂ ਕਿ ਉਹ ਬਾਰ ਬਾਰ ਇਨਫੈਕਸ਼ਨ ਹੁੰਦਾ ਕਿਉਂ ਹੈ ਉਹਨੂੰ ਰੋਕਿਆ ਜਾਏ। ਅੱਛਾ ਜੀ, ਸਮਝ ਗਏ ਨਾ? ਬਿਲਕੁਲ। ਹੁਣ ਇੱਕ ਬੱਚਾ ਉਹ ਠੀਕ ਹੈ, ਦੂਜਾ ਬਿਮਾਰ ਹੁੰਦਾ ਰਹਿੰਦਾ, ਜਾਂ ਇੱਕ ਘਰ 'ਚ ਬੰਦਾ ਠੀਕ ਹੈ, ਦੂਜੇ ਨੂੰ ਐਲਰਜੀ ਜੀ, ਕਾਰਪੇਟ ਚੇਂਜ ਕਰ ਦਿਉ ਫਲਾਣਾ। ਮੈਂ ਦੇਖਿਆ ਕਿਤਨੇ ਲੋਕਾਂ ਨੇ ਮਤਲਬ ਕਾਰਪੇਟ ਤੱਕ ਕਿਤਨਾ 4-5 ਹਜ਼ਾਰ ਦਾ ਖਰਚਾ ਕਰਕੇ ਉਹਦੇ ਬਾਅਦ ਜੀ ਡਾਕਟਰ ਫਿਰ ਉਸੇ ਤਰ੍ਹਾਂ ਹੀ ਐਲਰਜੀ, ਮਤਲਬ 10 ਬੰਦੇ ਘਰ 'ਚ ਰਹਿੰਦੇ ਨੇ ਜਾਂ 4 ਰਹਿੰਦੇ ਨੇ, ਉਹ ਇੱਕ ਨੂੰ ਐਲਰਜੀ ਹੋ ਰਹੀ ਹੈ ਉਹ ਕਾਰਪੇਟ, ਦੂਜਿਆਂ ਨੂੰ ਕਿਉਂ ਨਹੀਂ ਹੋ ਰਹੀ ਕਾਰਪੇਟ ਨਾਲ? ਬਿਲਕੁਲ ਸਹੀ ਗੱਲ, ਸਮਝ ਗਿਆ ਨਾ? ਮਸਲਾ ਤੇ ਬੰਦੇ ਦਾ ਇਮਿਊਨ ਸਿਸਟਮ, ਬਿਮਾਰੀ ਦੀ ਜੜ ਤੱਕ ਨਹੀਂ ਜਾਣਾ, ਉੱਤੋਂ ਤੋਂ ਜਿਹੜੇ ਉਹਨੂੰ ਤਰੀਕੇ ਬਣੇ ਨੇ। ਹੁਣ ਬੰਦੇ ਦਾ ਇਮਿਊਨ ਸਿਸਟਮ ਹੈ, ਅਗਰ ਬੱਚਾ ਕੋਈ ਸੈਂਸਿਟਿਵ ਹੈ ਜਾਂ ਕੋਈ ਹੈਰੀਡੀਟਰੀ ਫੈਕਟਰ ਹੈ, ਉਹਨੂੰ ਐਗਜ਼ੀਮਾ ਹੋ ਜਾਂਦਾ ਹੈ ਜੀ, ਜ਼ਿਆਦਾ ਮਤਲਬ ਸਿੰਥੈਟਿਕ ਕਾਰਪੇਟ ਹੈ ਉਹਦੇ ਨਾਲ ਮਤਲਬ ਇਮਿਊਨ ਸਿਸਟਮ ਉਹਦਾ ਮਤਲਬ ਇਫੈਕਟ ਹੁੰਦਾ, ਅਤੇ ਲੇਕਿਨ ਅਗਰ ਕਾਰਪੇਟ ਨਾਲ ਹੋਵੇ ਤਾਂ ਸਾਰਿਆਂ ਜਿਹੜੇ ਲੋਕ ਉੱਥੇ ਰਹਿੰਦੇ ਉਹਨਾਂ ਨੂੰ ਸਭ ਨੂੰ ਪ੍ਰੋਬਲਮ ਹੋਣੀ ਚਾਹੀਦੀ ਹੈ ਨਾ, ਇੱਕ ਨੂੰ ਤਾਂ ਨਹੀਂ ਹੋਣੀ ਚਾਹੀਦੀ। ਬਿਲਕੁਲ। ਲੇਕਿਨ ਉਹ ਬੱਚੇ ਦਾ ਇਮਿਊਨ ਸਿਸਟਮ ਜਾਂ ਵੱਡਿਆਂ ਦਾ ਵੀ ਐਲਰਜੀਜ਼ ਬਹੁਤ ਕਾਮਨ ਚੀਜ਼ ਹੈ ਇੱਥੇ, ਐਲਰਜੀਜ਼ ਹੋ ਜਾਂਦੀਆਂ ਨੇ, ਅਤੇ ਉਹ ਬੰਦੇ ਦਾ ਅੰਦਰ ਦਾ ਸਿਸਟਮ ਜਿਹੜਾ ਉਹ ਸਹੀ ਕੰਮ ਨਹੀਂ ਕਰ ਰਿਹਾ। ਓਕੇ ਜੀ। ਔਰ ਹੋਮਿਓਪੈਥਿਕ ਔਰ ਹਰਬਲ 'ਚ ਅਸੀਂ ਉਹ ਸਿਸਟਮ ਨੂੰ ਮਤਲਬ ਉਹਦੇ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਜਿਹੜਾ ਕਿ ਉਹ ਬੰਦੇ ਦਾ ਆਪਣਾ ਫੰਕਸ਼ਨ ਬਾਡੀ ਦਾ ਸਹੀ ਹੋਏ ਅਤੇ ਉਹ ਬਿਮਾਰੀ ਖੁਦ ਬਖੁਦ ਠੀਕ ਹੋ ਜਾਂਦੀ। ਡਾਕਟਰ ਸਾਹਿਬ ਕੋਲਾਂ ਆਲਰੇਡੀ ਬਹੁਤ ਸਾਰੀਆਂ ਸਾਡੇ ਕੋਲਰਸ ਕਰ ਰਹੇ ਨੇ, ਲੇਕਿਨ ਉਹ ਤੋਂ ਪਹਿਲਾਂ ਮੈਂ ਇੱਕ ਸਵਾਲ ਜ਼ਰੂਰ ਤੁਹਾਨੂੰ ਕਰਨਾ ਚਾਹਾਂਗਾ ਕਿ ਇੱਕ ਮੈਂਟਲੀ ਸਟ੍ਰੈਸ ਜਿਹੜੀ ਆ ਅੱਜ ਕੱਲ੍ਹ ਬੱਚਾ ਲੈ ਕੇ ਜੰਮਦਾ ਹੈ ਆਪਣੇ ਨਾਲ, ਉਹਦਾ ਕਾਰਨ ਹੈ ਕਿ ਘਰ ਦੇ ਵਿੱਚ ਮਾਹੌਲ ਵੀ ਹੁੰਦਾ, ਉੱਤੋਂ ਜਿਹੜਾ ਪ੍ਰੈਸ਼ਰ ਇੰਨਾ ਹੁੰਦਾ, ਜਿੱਥੇ ਤੁਸੀਂ ਮੈਡੀਸਨ ਦਾ ਵੀ ਕਹਿ ਰਹੇ ਹੋ, ਬਿਲਕੁਲ, ਤੇ ਮਾਂ ਤੋਂ ਵੀ ਦੂਰ ਵਾਲਾ ਚੱਕਰ ਹੋ ਗਿਆ, ਹਾਂਜੀ, ਇੱਕ ਲਾਈਫ ਸਟਾਈਲ ਵੀ ਇਹਦੇ ਉੱਤੇ ਇਫੈਕਟ ਕਰ ਰਿਹਾ ਕਿ ਜਾਂ ਸਾਡਾ ਰਹਿਣ ਸਹਿਣ ਦਾ ਪੂਰਾ ਤਰੀਕਾ ਜਿਹੜਾ ਉਹ ਇਫੈਕਟ ਕਰ ਰਿਹਾ ਮਾਨਸਿਕ ਸਥਿਤੀ ਦੇ ਉੱਤੇ? ਇਹ ਸਾਰੇ ਹੀ ਸਾਰੇ ਫੈਕਟਰਸ ਨੇ ਜਿਹਦੇ ਵਿੱਚ ਆਪਣਾ ਰਹਿਣ ਸਹਿਣ ਦਾ ਤਰੀਕਾ, ਆਪਣੇ ਰੈਸਟ ਕਰਨੇ ਦਾ, ਨੀਂਦ ਨਾ ਪੂਰੀ ਕਰਨੇ ਦਾ, ਔਰ ਟੂ ਮੱਚ ਲਾਈਕ ਫਿਕਰਾਂ ਜਿਸ ਤਰ੍ਹਾਂ ਕੰਮ ਵੀ ਕਰਨਾ ਜਾਂ ਹੋਰ ਘਰ ਦੇ ਕੰਮ ਨੇ, ਬਾਹਰ ਦੇ ਕੰਮ ਨੇ, ਖਾਸ ਤੌਰ 'ਤੇ ਔਰਤਾਂ ਜਿਹੜੀ ਮਾਂ ਮਤਲਬ ਬਣਦੀ ਹੈ ਫਸਟ ਟਾਈਮ ਜਿਹੜਾ ਬੇਬੀ ਹੁੰਦਾ, ਅਤੇ ਉਹਦੇ 'ਚ ਮਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਅਗਰ ਹੋਏ ਅਤੇ ਉਹ ਫਿਰ ਬੱਚੇ ਦੀ ਡਿਵੈਲਪਮੈਂਟ ਸਹੀ ਨਹੀਂ ਹੁੰਦੀ, ਬੱਚਾ ਵੀ ਸਟ੍ਰੈਸ 'ਚ ਹੁੰਦਾ ਔਰ ਮਾਂ ਨੂੰ ਵੀ ਜਿਹੜਾ ਪ੍ਰੋਬਲਮ ਹੋ ਜਾਂਦਾ। ਔਰ ਦੂਸਰੀ ਗੱਲ ਹੈ ਕਿ ਜਦੋਂ ਬੱਚੇ ਪੈਦਾ ਹੋਣੇ ਤੋਂ ਬਾਅਦ ਅਗਰ ਮਾਂ ਆਪਣਾ ਬੱਚੇ ਨੂੰ ਦੁੱਧ ਨਹੀਂ ਪਿਆਉਂਦੀ ਤਾਂ ਉਹ ਮਾਂ ਵਾਸਤੇ ਵੀ ਠੀਕ ਨਹੀਂ, ਕਿਉਂਕਿ ਜਿਹੜੇ ਬ੍ਰੈਸਟ ਕੈਂਸਰ ਹੋ ਰਹੇ ਨੇ, ਕਿਤਨੇ ਮਤਲਬ ਕੇਸਿਸ ਹੋ ਰਹੇ ਨੇ, ਕਿਉਂਕਿ ਇੱਕ ਨੈਚੁਰਲ ਚੀਜ਼ ਹੈ, ਤੁਸੀਂ ਉਹਨੂੰ ਰੋਕ ਰਹੇ ਹੋ। ਅਗਰ ਬ੍ਰੈਸਟ 'ਚ ਅਗਰ ਬੇਬੀ ਦੀ ਬਰਥ ਤੋਂ ਬਾਅਦ ਦੁੱਧ ਹੁੰਦਾ, ਅਗਰ ਉਹ ਨਾ ਨਿਕਲੇ, ਉਹ ਬੱਚਾ ਨਾ ਪੀਏ, ਤਾਂ ਮਤਲਬ ਇੱਕ ਤੁਸੀਂ ਨੋਰਮਲ ਚੀਜ਼ ਨੂੰ, ਨੈਚੁਰਲ ਚੀਜ਼ ਨੂੰ ਤੁਸੀਂ ਮਤਲਬ ਰੁਕਾਵਟ ਪਾ ਰਹੇ ਹੋ। ਓਕੇ, ਅਤੇ ਜ਼ਾਹਿਰ ਹੈ ਫਿਰ ਉਹ ਅੰਦਰ ਹੀ ਅੰਦਰ ਚੀਜ਼ਾਂ ਜਿਹੜੀਆਂ ਨੇ ਵੱਧਦੀਆਂ ਨੇ ਔਰ ਸਟ੍ਰੈਸ ਨਾਲ, ਔਰ ਦੇਖਿਆ ਤੁਸੀਂ ਇੱਥੇ ਕੈਂਸਰ, ਬ੍ਰੈਸਟ ਕੈਂਸਰ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ। ਅਤੇ ਇਹ ਸਾਰੇ ਮਾਡਰਨ ਲਾਈਫ ਸਟਾਈਲ ਔਰ ਖਾਣੇ ਪੀਣੇ ਦਾ ਤਰੀਕੇ ਔਰ ਖਾਣੇ ਪੀਣੇ ਦਾ ਸਟਾਈਲ ਹੈ, ਔਰ ਇਹ ਮਾਡਰਨ ਜਿਹੜੀ ਮਤਲਬ ਮਾਡਰਨ ਮੈਡੀਸਨ ਜਿਹੜੀ ਹੈ, ਐਲੋਪੈਥਿਕ ਜਿਹਨੂੰ ਅਸੀਂ ਕਹਿੰਦੇ ਹਾਂ, ਓਕੇ ਜੀ, ਦੇ ਆਰ ਵੰਡਰਫੁੱਲ ਮੈਡੀਸਨ, ਬਹੁਤ ਅੱਛੀਆਂ ਮੈਡੀਸਨ ਨੇ, ਲੇਕਿਨ ਜਦੋਂ ਤੁਸੀਂ ਉਹਨਾਂ ਨੂੰ ਓਵਰ ਯੂਜ਼ ਕਰਦੇ ਹੋ ਨਾ, ਦੈਨ ਇਜ਼ ਦਾ ਪ੍ਰੋਬਲਮ। ਮਤਲਬ ਇੱਕ ਇਹ ਕਹਿ ਸਕਦੇ ਹਾਂ ਕਿ ਸਿਰਫ ਇੱਕ ਬਿੱਲ ਬਣਾਉਣ ਦੇ ਚੱਕਰ 'ਚ ਵੀ ਕਿਸੇ ਵਾਰ ਜਦੋਂ ਅਲਾਉ ਕੀਤੀ ਜਾਂਦੀ ਹੈ ਮੈਡੀਸਨ, ਤਾਂ ਉਦੋਂ ਪ੍ਰੋਬਲਮ ਵੱਧਦੀ ਹੈ ਤੁਹਾਡੇ ਵਾਸਤੇ, ਤੁਸੀਂ ਖਤਰਾ ਆਪ ਮੁੱਲ ਲੈਂਦੇ ਹੋ। ਔਰ ਦੂਸਰੇ ਲੋਕ ਵੀ ਜਿਹੜੇ ਨੇ, ਜਿਸ ਤਰ੍ਹਾਂ ਉਹ ਈਜ਼ੀ ਚੀਜ਼ ਢੂੰਡਦੇ ਨੇ ਕਿ ਈਜ਼ੀ ਕੰਮ ਹੋ ਜਾਏ, ਹੁਣ ਤੁਹਾਨੂੰ ਐਲਰਜੀ ਹੈ, ਠੀਕ ਹੈ, ਡਾਕਟਰ ਨੇ ਦਵਾਈ ਲਿਖ ਦਿੱਤੀ ਹੈ, ਇੱਕ ਦਫਾ ਉਹਨਾਂ ਨੇ ਲਿਖ ਦਿੱਤੀ, ਬਾਅਦ ਤੁਸੀਂ ਆਪੇ ਲੈ ਕੇ ਖਾਈ ਜਾ ਰਹੇ ਹੋ ਐਂਟੀ ਐਲਰਜਿਕ ਮੈਡੀਸਨ, ਹੁਣ ਰੋਜ਼ ਖਾਈ ਜਾ ਰਹੇ ਹੋ ਕਿ ਤੁਹਾਨੂੰ ਐਲਰਜੀ ਹੈ, ਔਰ ਇੱਕ ਗੋਲੀ ਖਾ ਲਈ ਤੁਸੀਂ ਹੈਪੀ ਹੋ, ਸਿਰ ਦਰਦ ਹੋ ਰਿਹਾ ਗੋਲੀ ਖਾ ਲਈ, ਤੁਸੀਂ ਥਕਾਵਟ ਹੈ, ਓਵਰ ਵਰਕ ਕਰਕੇ ਆਏ ਹੋ, ਤੁਸੀਂ ਥੱਕੀ ਹੈ ਬਾਡੀ, ਅਤੇ ਤੁਸੀਂ ਉਹ ਮਤਲਬ ਪੇਨ ਕਿਲਰ ਖਾ ਰਹੇ ਹੋ, ਔਰ ਇਹ ਪ੍ਰੋਲੋਂਗ ਟਾਈਮ ਖਾ ਕੇ ਹੋਰ ਦੂਸਰੇ ਮਸਲੇ ਪੈਦਾ ਕਰ ਲਿੱਤੇ ਜਾਂਦੇ ਨੇ, ਅਤੇ ਉਹਦੇ ਨਾਲ ਮਤਲਬ ਘਰ ਐਂਟੀਬਾਇਓਟਿਕ ਇੱਕ ਦਫਾ ਡਾਕਟਰ ਨੇ ਲਿਖ ਕੇ ਦਿੱਤੇ, ਅਤੇ ਉਹ ਜਦੋਂ ਵੀ ਕੁਝ ਹੋਇਆ ਉਹ ਦਵਾਈ ਖਾ ਲਈ, ਇੱਕ ਲਿਖ ਕੇ ਦਿੱਤਾ ਪੂਰੀ ਤੋਂ ਪੂਰੀ 12 ਲੈ ਆਉਣੀਆਂ ਨੇ, ਰਾਈਟ, ਅਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਡਰੱਗਸ ਨੇ, ਉਹ ਕੋਈ ਤੁਹਾਡੇ ਸਪਲੀਮੈਂਟ ਨਹੀਂ, ਵਿਟਾਮਿਨ ਨਹੀਂ ਕਿ ਵੀ ਤੁਸੀਂ ਉਹ ਖਾ ਲਓ, ਅਤੇ ਉਹ ਜੋ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਹੈ ਉਸ ਹਿਸਾਬ ਨਾਲ ਹੀ ਖਾਣੀ ਚਾਹੀਦੀ ਹੈ, ਔਰ ਉਹਦਾ ਬਾਰ ਬਾਰ ਜਿਹੜਾ ਅਗਰ ਪ੍ਰੋਬਲਮ ਹੈ ਤਾਂ ਉਹਦਾ ਤੁਸੀਂ ਟੇਕ ਕੇਅਰ ਕਰੋ, ਅਗਰ ਇਮਿਊਨ ਸਿਸਟਮ ਠੀਕ ਨਹੀਂ, ਔਰਤਾਂ ਦਾ ਜਿਹੜੇ ਮਤਲਬ ਹਾਰਮੋਨ
ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਜਾਂ ਇਰੈਗੂਲਰ ਪੀਰੀਅਡ ਨੇ, ਹੁਣ ਇਰੈਗੂਲਰ ਪੀਰੀਅਡ ਜਦੋਂ PMS ਹੁੰਦੇ ਆ, ਪੀਰੀਅਡ ਆਉਣ ਤੋਂ ਪਹਿਲਾਂ ਬਹੁਤ ਦਰਦ ਹੁੰਦਾ ਅਤੇ ਉਹਦੇ 'ਚ ਉਹ ਪੇਨ ਕਿਲਰ ਖਾ ਲੈਂਦੇ ਨੇ। ਪੇਨ ਕਿਲਰ ਹੱਲ ਨਹੀਂ ਹੈ, ਤੁਸੀਂ ਰੈਸਟ ਕਰੋ। ਉਹ ਹੋਮਿਓਪੈਥਿਕ 'ਚ ਉਹਦਾ ਇਲਾਜ ਹੈ ਬਹੁਤ ਅੱਛਾ, 2-3 ਮਹੀਨੇ ਬੰਦਾ ਖਾ ਲੈਂਦਾ ਅਤੇ ਉਹ PMS ਠੀਕ ਹੋ ਜਾਂਦੇ ਨੇ। ਔਰ ਅਗਰ ਓਵਰੀ 'ਚ ਕੋਈ ਪ੍ਰੋਬਲਮ ਹੈ, ਸਿਸਟ ਹੈ, ਉਹ ਠੀਕ ਹੋ ਜਾਂਦਾ। ਅਤੇ ਉਹਦੇ ਨਾਲ ਤੁਸੀਂ ਪਾਣੀ ਦਾ ਇਸਤੇਮਾਲ ਨਹੀਂ ਕਰਦੇ, ਖਾਸ ਤੌਰ 'ਤੇ ਬੱਚੀਆਂ ਟੀਨੇਜਰ ਗਰਲਸ ਪਾਣੀ ਜ਼ਿਆਦਾ ਨਹੀਂ ਪੀਂਦੀਆਂ। ਪਾਣੀ ਪੀਣਾ ਚਾਹੀਦਾ, ਸਪੈਸ਼ਲੀ ਜਦੋਂ ਪੀਰੀਅਡ ਆ ਰਹੇ ਨੇ ਉਸ ਵੇਲੇ ਪਾਣੀ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ। ਮਤਲਬ ਹਰ ਇੱਕ ਚੀਜ਼ ਦਾ ਹੱਲ ਹੈਗਾ, ਉਹ ਤੁਹਾਡੇ ਕੋਲ ਹੈ, ਤੁਸੀਂ ਉਹਨੂੰ ਯੂਜ਼ ਕਰਨਾ ਕਿ ਨਹੀਂ ਕਰਨਾ ਉਹ ਆਪਣੇ ਉੱਤੇ ਡਿਪੈਂਡ ਕਰਦਾ। ਹਾਂਜੀ, ਅਗਰ PMS ਹੈ, ਤੁਸੀਂ ਹੁਣ ਗੋਲੀ ਖਾ ਰਹੇ ਹੋ, ਤੁਸੀਂ ਹੋਰ ਦੂਸਰੀ ਚੀਜ਼ਾਂ ਨਹੀਂ ਕਰ ਰਹੇ। ਪ੍ਰੋਪਰ ਖਾਣਾ ਪੀਣਾ, ਦੁੱਧ ਦਾ ਇਸਤੇਮਾਲ, ਫਰੂਟ ਦਾ ਇਸਤੇਮਾਲ, ਰੈਸਟ ਕਰਨਾ, ਨੀਂਦ ਕਰਨਾ। ਅੱਜ ਕੱਲ੍ਹ ਬੱਚੇ ਨੇ, ਟੀਨੇਜਰ, ਮਤਲਬ ਹਰ ਵੇਲੇ ਉਹ ਇੰਟਰਨੈਟ 'ਤੇ ਬੈਠੇ ਨੇ, ਜਾਂ ਅੱਜ ਕੱਲ੍ਹ ਦੇ ਫੋਨ ਵੀ ਐਸੇ ਨੇ ਕਿ ਇੰਟਰਨੈਟ ਉਹਦੇ 'ਚ ਹੀ ਹੈ ਸਾਰਾ ਕੁਝ। ਆਲਵੇਜ਼ ਉਹ ਮਤਲਬ ਟੈਕਸਟਿੰਗ ਹੋ ਰਹੀ ਹੈ, ਚੈਟਿੰਗ ਹੋ ਰਹੀ ਹੈ, ਅਤੇ ਉਹਦਾ ਤੁਹਾਡਾ ਦਿਮਾਗ ਜਿਹੜਾ ਫੋਨ 'ਤੇ ਗੱਲਬਾਤ ਹੋ ਰਹੀ ਹੈ, TV ਦੇਖਿਆ ਜਾ ਰਿਹਾ, ਮਤਲਬ ਸਕੂਲੋਂ ਆਏ ਘਰ, ਫਿਰ ਮਤਲਬ ਸੋਨੇ ਦਾ ਟਾਈਮ ਹੈ ਉਸ ਵੇਲੇ ਤੁਸੀਂ ਉਹ ਕੰਪਿਊਟਰ 'ਚ ਲੱਗੇ ਹੋਏ ਹੋ, ਅਤੇ ਤੁਸੀਂ ਇੱਕ ਬਹੁਤ ਜ਼ਿਆਦਾ ਮਤਲਬ ਦਿਮਾਗ 'ਤੇ ਬੋਝ ਪਾ ਰਹੇ ਹੋ ਆਪਣੀ ਬਾਡੀ 'ਤੇ। ਤੋ ਅਗਰ ਬਾਡੀ ਦੇ ਦਿਮਾਗ 'ਤੇ ਜ਼ਿਆਦਾ ਜ਼ੋਰ ਪਾਓਗੇ ਤਾਂ ਕੀ ਹੋਏਗਾ, ਬਾਡੀ ਵੀਕ ਹੋਏਗੀ, ਰੈਸਟ ਨਹੀਂ ਮਿਲੇਗਾ। ਮਤਲਬ ਨੀਂਦ ਜਿਹੜੀ ਹੈ ਬਹੁਤ ਜ਼ਰੂਰੀ ਹੈ। ਮਤਲਬ ਕਿ ਅਸੀਂ ਬੱਚਿਆਂ ਤੋਂ ਚਲਦੇ ਚਲਦੇ ਵੱਡਿਆਂ ਤੱਕ ਆਏ ਨੇ, ਲੇਕਿਨ ਪ੍ਰੋਬਲਮ ਥੱਲਿਓਂ ਸ਼ੁਰੂ ਹੋ ਕੇ ਉੱਪਰ ਤੱਕ ਆ ਰਹੀ ਹੈ। ਜੀ ਬਿਲਕੁਲ, ਹਾਂਜੀ। ਤੇ ਡਾਕਟਰ ਸਾਹਿਬ ਨਾਲ ਕਾਲਜ ਵੀ ਲੈ ਲੈਣੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੇਰਾ ਬੇਟਾ 13 ਸਾਲ ਦਾ, ਥਾਇਰੋਇਡ ਦੀ ਪ੍ਰੋਬਲਮ ਹੈ। ਓਕੇ, ਦੇਸੀ ਘਰ ਚ ਇਲਾਜ ਹੈ ਜਾਂ ਕੋਈ ਅਸੀਂ ਕੀ ਕਰ ਸਕਦੇ ਆ? ਤੇ ਉਹਦਾ ਵੇਟ ਵੱਧ ਰਿਹਾ ਕਿ ਘਟ ਰਿਹਾ? ਘਟ ਰਿਹਾ ਜੀ। ਅੱਛਾ, ਤੇ ਡਾਕਟਰ ਨੇ ਕੋਈ ਦਵਾਈ ਵਗੈਰਾ ਦਿੱਤੀ ਹੈ ਕਿ ਨਹੀਂ? ਹਾਂਜੀ ਦਵਾਈ ਦਿੱਤੀ ਆ, ਉਹ ਮੈਨੂੰ ਹੁਣ ਯਾਦ ਨਹੀਂ ਕਿਹੜੀ ਆ, ਉਹ ਲੇਵੋਥ੍ਰੋਕਸਨ ਕੁਝ ਕਰਕੇ ਆ। ਹਾਂਜੀ, ਤੇ ਉਹ ਕਿੰਨੇ ਟਾਈਮ ਤੋਂ ਦਵਾਈ ਖਾ ਰਿਹਾ ਹੈ? ਕਾਫੀ ਟਾਈਮ ਹੋ ਗਿਆ? ਘਰ ਚ ਕੋਈ ਐਸੀ ਚੀਜ਼ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਹੁਣ ਇਸ ਤਰ੍ਹਾਂ ਦੇ ਪ੍ਰੋਬਲਮ ਹੁੰਦੇ ਆ, ਤੇ ਕੋਈ ਇਹ ਨਹੀਂ ਕਿ ਘਰ ਤੁਸੀਂ ਕਾਲੀਆਂ ਮਿਰਚਾਂ ਖਾ ਲਓ ਜਾਂ ਨਿੰਬੂ ਨਿਚੋੜ ਕੇ ਖਾ ਲਓ, ਇਹਦੇ ਵਾਸਤੇ ਪ੍ਰੋਪਰ ਦਵਾਈ ਚਾਹੀਦੀ ਹੈ। ਔਰ ਹੋਮਿਓਪੈਥਿਕ 'ਚ ਇਹਦਾ ਬਹੁਤ ਅੱਛਾ ਇਲਾਜ ਹੈ, ਕਿਉਂਕਿ ਇਹਦਾ ਥਾਇਰਾਇਡ ਜਿਹੜਾ ਗਲੈਂਡ ਹੈ ਉਹ ਕੰਮ ਨਹੀਂ ਕਰ ਰਿਹਾ ਸਹੀ, ਠੀਕ ਹੈ ਨਾ? ਅਤੇ ਉਹ ਜਿਹੜੇ ਹਾਰਮੋਨ ਬਣਾਉਣਾ ਚਾਹ ਰਹੇ ਆ ਉਹ ਪੂਰੇ ਬਣ ਨਹੀਂ ਰਹੇ, ਇਸ ਵਜ੍ਹਾ ਨਾਲ ਉਹ ਗੋਲੀ ਤੁਸੀਂ ਡਾਕਟਰ ਨੇ ਤੁਹਾਨੂੰ ਦੇ ਦਿੱਤੀ ਉਹ ਰੋਜ਼ ਗੋਲੀ ਖਾਓਗੇ ਤਾਂ ਠੀਕ ਰਹੇਗਾ, ਵਰਨਾ ਫਿਰ ਉਸੇ ਤਰ੍ਹਾਂ ਹੀ, ਠੀਕ ਹੈ ਨਾ? ਹਾਂਜੀ। ਅਤੇ ਲੇਕਿਨ ਹੋਮਿਓਪੈਥਿਕ ਜਿਹੜੀ ਉਹਨੂੰ ਦਵਾਈ ਦਾਂਗੇ ਉਹਦਾ ਉਹ ਗਲੈਂਡ ਜਿਹੜਾ ਸਹੀ ਕੰਮ ਕਰਨਾ ਸ਼ੁਰੂ ਕਰ ਦੇਗਾ, ਠੀਕ ਹੈ ਨਾ? ਅਤੇ ਉਹਦੇ ਨਾਲ ਫਿਰ ਇਹ ਕਿ ਦੂਜੀ ਜਿਹੜੀ ਦਵਾਈ ਹੈ ਉਹ ਆਸਤੇ ਆਸਤੇ ਡਾਕਟਰ ਖੁਦ ਹੀ ਉਹਦੀ ਬੰਦ ਕਰ ਦੇਗਾ, ਔਰ ਮਤਲਬ ਉਹਦੀ ਸਿਹਤ ਜਿਹੜੀ ਹੈ ਸਹੀ ਹੋਣੀ ਸ਼ੁਰੂ ਹੋ ਜਾਏਗੀ, ਠੀਕ ਹੈ ਨਾ? ਬਿਲਕੁਲ ਨੀ, ਨੋਟ ਐਟ ਆਲ। ਹਾਂਜੀ ਠੀਕ ਹੈ। ਅੱਛਾ ਹਾਂਜੀ, ਤੇ ਜਿਹੜਾ ਇਹਦਾ ਭਾਰ ਘਟਦਾ ਉਹਦਾ ਕੀ ਕਰੀਏ, ਕਿੱਦਾਂ ਵਧੇ, ਕੀ ਕਰ ਸਕਦੇ ਘਰ ਚ ਕੋਈ ਦੇਸੀ ਇਲਾਜ ਕੁਛ, ਕੀ ਇਹਦਾ ਥੋੜਾ ਭਾਰ ਵਧੇ? ਉਹ ਖਾਣੇ ਪੀਣੇ ਤੇ ਉਹਨੂੰ ਤਵੱਜੋ ਦਿਓ, ਫਰੂਟ ਵਗੈਰਾ ਦਿਆ ਕਰੋ, ਦੁੱਧ ਵਗੈਰਾ ਉਹਨੂੰ ਯੂਜ਼ ਕਰਾਓ, ਸਮਝ ਗਏ ਨਾ? ਤੇ ਸੋਡੇ ਛੋਡੇ ਜ਼ਿਆਦਾ ਨਾ ਪੀਏ ਕਰੇ, ਪ੍ਰੋਪਰ ਮਤਲਬ ਖਾਣਾ ਖਾਏ, ਸਵੇਰ ਦੁਪਹਿਰ ਸ਼ਾਮ 3 ਟਾਈਮ, ਯੂ ਨੋ, ਸਵੇਰ ਨਾਸ਼ਤਾ ਨਹੀਂ ਕਰਦਾ ਹੋਏਗਾ ਲੱਗਦਾ, ਰਾਈਟ? ਹਾਂਜੀ, ਸੀਰੀਅਲ ਵਗੈਰਾ ਖਾ ਲੈਂਦੇ ਬੱਚੇ? ਹਾਂ, ਤੇ ਸੀਰੀਅਲ ਐਵੇਂ ਉਹ ਫੁੱਲੀਆਂ ਜੀਆਂ, ਉਹਦੇ ਨਾਲ ਕੀ ਹੁੰਦਾ? ਮਤਲਬ ਪ੍ਰੋਪਰ ਮਤਲਬ ਉਹਨੂੰ ਤੇ ਪਰੌਂਠਾ ਬਣਾ ਕੇ ਦਿਆ ਕਰੋ ਦੇਸੀ ਘਿਓ ਦਾ, ਠੀਕ ਹੈ? ਠੀਕ ਹੈ ਜੀ। ਡਾਕਟਰ ਸਾਹਿਬ ਦੇ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਤੇ ਤੁਸੀਂ ਇਹਨੂੰ ਨੋਟ ਕਰਕੇ ਪਲੀਜ਼ ਇਹਤੇ ਗੱਲ ਕਰ ਲੈਣ, ਤੇ ਡਾਕਟਰ ਸਾਹਿਬ ਦੇ ਇਸ ਵੇਲੇ ਸਟਾਫ ਜਿਹੜਾ ਫੋਨ ਸੁਣ ਰਿਹਾ ਤੇ ਤੁਸੀਂ ਉੱਤੇ ਗੱਲ ਕਰ ਸਕਦੇ ਹੋ ਜੀ।